ਹਾਂਜੀ, ਵੈਲਕਮ ਬੈਕ ਗਾਇਸ। ਕੀ ਹਾਲ ਚਾਲ? ਹੋਪ ਸਾਰੇ ਵਧੀਆ ਹੋਣਗੇ। ਅਤੇ ਸਿੱਧੂ 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 ਬਾਈ ਦਾ ਗਾਣਾ ਕੱਲ੍ਹ ਦਾ ਆ ਚੁੱਕਿਆ, ਤੁਹਾਨੂੰ ਪਤਾ, ਅਟੈਚ ਸੌਂਗ। ਤਕਰੀਬਨ ਹੀ ਸਾਰਿਆਂ ਨੇ ਸੁਣ ਲਿਆ, ਬਟ ਮੈਨੂੰ ਕਾਫੀ ਜ਼ਿਆਦਾ ਇੰਤਜ਼ਾਰ ਸੀ, ਇੰਤਜ਼ਾਰ ਵੀ ਕਰਾਂ, ਅਤੇ ਸਭ ਤੋਂ ਵੱਧ ਲੇਟ ਹੋ ਗਿਆ ਆਪਣੇ ਚੈਨਲ 'ਤੇ ਗਾਣਾ ਆਉਣ ਕਰੀਓ, ਬਿਕੋਜ਼ ਆਈ ਹੈਵ ਨੋਟ ਰੈਡੀ ਫੋਰ ਦਿਸ ਵੀਡੀਓ। ਕੁਛ ਸੀਗੇ ਮੈਨੂੰ ਕੋਈ ਟੈਕਨੀਕਲ ਇੱਦਾਂ ਦੀਆਂ, ਕੁਛ ਮੇਰੇ ਚੈਨਲ 'ਤੇ ਵੀ ਇੱਦਾਂ ਦੀਆਂ ਕੁਛ ਪ੍ਰੋਬਲਮ ਜੇ ਚੱਲ ਰਹੀਆਂ ਸੀ ਜਿਹੜੀਆਂ ਕਿ ਮੈਂ ਲੇਟ ਹੋ ਗਿਆ। ਸੋ ਜ਼ਿਆਦਾ ਨਹੀਂ ਆਪਾਂ ਗੱਲਾਂ ਕਰਨੀਆਂ, ਮੈਂ ਵੀਡੀਓ ਤੁਹਾਨੂੰ ਸਟਾਰਟ ਕਰਤੀ ਰਿਐਕਸ਼ਨ, ਅਤੇ ਦੇਖਦੇ ਹਾਂ ਬਾਈ ਉਹਨਾਂ ਦਾ ਕੀ ਕੁਛ ਹੋਇਆ। ਮੈਂ ਵੀਡੀਓ ਹਜੇ ਤੱਕ ਦੇਖੀ, ਸਿਰਫ ਇੱਕ ਦੋ ਸਕਿੱਟ ਹੀ ਦੇਖੇ ਸੀ, ਹੁਣ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਦੇ ਹਾਂ। ਦੇਖਿਓ ਜੀ, ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਮੈਨੂੰ ਇੱਕ ਚੀਜ਼ ਇੰਨੀ ਜ਼ਰੂਰਤ ਸੀ ਯਾਰ, ਬਾਈ ਨੂੰ ਇਹ ਵੀਡੀਓ ਦੇ ਵਿੱਚ ਬਾਈ ਖੁਦ ਆਪ ਇਨਵੋਲਵ ਆ। ਹੁਣ ਤੱਕ ਸਿਰਫ ਆਪਾਂ ਆਰਟੀਫਿਸ਼ਲ ਵਰਕ ਦੇਖਿਆ ਬਾਈ ਸਿੱਧੂ ਦਾ, ਇਹਦੇ ਵਿੱਚ ਕੋਈ ਆਰਟੀਫਿਸ਼ਲ ਵਰਕ ਨਹੀਂ ਹੋਏਗਾ। ਬਾਈ ਖੁਦ ਇਹ ਜਿਹੜੀ ਸਿੱਧੂ ਬਾਈ ਦੀ ਖੁਦ ਦੀ ਵੀਡੀਓ ਪਹਿਲਾਂ ਦੀ ਜਿਹੜਾ ਪ੍ਰੋਜੈਕਟ ਕਰਕੇ ਰੱਖਿਆ ਹੋਇਆ ਸੀ, ਪ੍ਰੋਪਰ ਆਪਾਂ ਨੂੰ ਬਾਈ ਖੁਦ ਆਪ ਦੇਖਣ ਨੂੰ ਮਿਲੇਗਾ। ਅਤੇ ਯਾਰ ਖੁਸ਼ੀ ਵੀ ਹੁੰਦੀ ਹੈ ਮਨ ਦੇ ਵਿੱਚ, ਅਤੇ ਥੋੜ੍ਹਾ ਜਿਹਾ ਨਰਵਸ ਵੀ, ਬੰਦਾ ਨਰਵਸ ਨਹੀਂ ਕਹਿ ਸਕਦਾ, ਸੈਡ ਵੀ ਬੰਦਾ ਹੁੰਦਾ ਯਾਰ, ਹੈ ਨਾ, ਵੀ ਜਿਹੜਾ ਬੰਦਾ ਚਲਾ ਗਿਆ ਉਹ ਤੋਂ ਬਾਅਦ ਬੰਦੇ ਨੇ ਇੱਦਾਂ ਦੇਖਣਾ ਬਹੁਤ ਔਖਾ ਹੁੰਦਾ ਯਾਰ। ਕਿਆ ਬਾਤ, ਸਟੀਲ ਬੈਂਗਲਸ ਹੀਲਾ ਬਾਬਾ ਕੱਦ ਕਰਾਂ ਮੈਚ ਤੇਰੇ ਨਾਲ, ਪਤਾ ਨਹੀਂ ਕਿਉਂ ਜਮਾ ਹੋਈ ਅਟੈਚ ਤੇਰੇ ਨਾਲ, ਪਤਾ ਨਹੀਂ ਤੂੰ ਮੈਨੂੰ ਉਦਾਂ ਦੇਖਿਆ ਜਾਂ ਨਹੀਂ, ਫਿਰ ਆ ਲਾਈਫ ਵਾਲਾ ਜੋੜ ਨੂੰ ਮੈਂ ਬੈਚ ਤੇਰੇ ਨਾਲ। ਕਿਆ ਬਾਤ ਹੈ, ਬਾਈ ਜਦੋਂ ਗੱਡੀ ਚੋਂ ਨਿਤਕ ਨਿਕਲਦਾ ਨਾ ਯਾਰ, ਘੈਂਟ ਜੀ ਲੁੱਕ ਨਾ, ਮਤਲਬ ਗਾਣਾ ਸੁਣ ਕੇ ਦੇਖ ਕੇ ਵੀ ਨਾ ਇੰਨਾ ਫੀਲ ਨਹੀਂ ਹੁੰਦਾ ਯਾਰ ਕਿ ਯਾਰ ਬੰਦਾ ਇਹ ਨਾ ਦੁਨੀਆ ਦੇ ਵਿੱਚੋਂ ਚਲਾ ਗਿਆ। ਅਤੇ ਬਹੁਤ ਜਣਿਆਂ ਦੇ ਯਾਰ ਕਮੈਂਟ ਇੱਦਾਂ ਯਾਰ ਬਹੁਤ ਵਧੀਆ ਐਂਡ, ਪਰ ਯਾਰ ਜੇ ਆਪਾਂ ਫੀਲ ਕਰਕੇ ਦੇਖਦੇ ਨਾ ਉਹ ਚੀਜ਼ ਵੀ ਬੰਦਾ ਚੱਲ ਗਿਆ ਯਾਰ, ਹੈ ਨਾ, ਉਹ ਤੋਂ ਬਾਅਦ ਦੀਆਂ ਆਪਾਂ ਮੂਵਮੈਂਟਸ ਦੇਖਦੇ ਹਾਂ ਤਾਂ ਬਹੁਤ ਔਖਾ ਹੁੰਦਾ ਯਾਰ। ਘੈਂਟ 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 ਜ਼ਿੰਦਗੀ ਚ ਕੇਸ ਐਸੇ ਫਿਊ ਹੁੰਦੇ ਨੇ, ਵੇ ਫੋਟੋ ਤੇਰੀ ਤੇ ਹਜ਼ਾਰ ਮੇਰੇ ਵਿਊ ਹੁੰਦੇ ਨੇ, ਸੁਪਨਿਆਂ ਵਿੱਚ ਜੋ ਕਰੀ ਇੱਥੋਂ ਸੁਣਿਓ, ਇੱਥੋਂ 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 ਇਹ ਹੁਣ ਸੁਣਿਓ, ਕੇਸ ਐਸੇ ਫਿਊ ਹੁੰਦੇ ਨੇ, ਵੇ ਫੋਟੋ ਤੇਰੀ ਤੇ ਹਜ਼ਾਰ ਮੇਰੇ ਵਿਊ ਆ ਤਾਂ ਗੱਲ ਬਾਈ ਆਪਦੇ ਆਪ ਤੇ ਲਾ ਗਿਆ ਯਾਰ, ਵੀ ਫੋਟੋ ਤੇਰੀ ਤੇ ਹਜ਼ਾਰ ਮੇਰੇ ਵਿਊ ਦੇ ਨੇ, ਉਹੀ ਗੱਲ ਆ ਯਾਰ, ਇੱਕ ਫੋਟੋ ਨੂੰ ਬਾਈ ਦੇ ਨੂੰ ਬੰਦਾ ਦੇਖੀ ਜਾਂਦਾ ਦੇਖੀ ਜਾਂਦਾ, ਸਹੀ ਗੱਲ ਆ ਯਾਰ। ਇਹ ਮਤਲਬ ਕੁਛ ਪਤਾ ਹੀ ਨਹੀਂ ਕੀ ਕੁਦਰਤੀ ਇਹ ਗੱਲਾਂ ਬਾਈ ਦੇ ਉੱਤੇ ਗਾਣੇ ਦੇ ਵਿੱਚ ਕੋਤੇ ਉੱਤੇ ਲੱਗੀਆਂ ਹੋਈਆਂ ਨੇਗੀਆਂ। ਸੁਪਨਿਆਂ ਵਿੱਚ ਜੋ ਗਰੀਬ ਹੁੰਦੇ ਨੇ, ਰੀਅਲ ਲਾਈਫ ਵਿੱਚ ਦੂਰ ਇੰਨੇ ਕਿਉਂ ਹੁੰਦੇ ਨੇ, ਫੀਲਿੰਗਾਂ ਕਿਉਂ ਕਰੀ ਜਮਾ ਕੈਚ ਤੇਰੇ ਨਾਲ, ਪਤਾ ਨਹੀਂ ਕਿਉਂ ਜਮਾ ਹੋਈ ਅਟੈਚ ਤੇਰੇ ਨਾਲ, ਹੋ ਪਤਾ ਨਹੀਂ ਤੂੰ ਮੈਨੂੰ ਉਦਾਂ ਦੇਖਿਆ ਜਾਂ ਨਹੀਂ, ਫਿਰ ਆ ਲਾਈਫ ਵਾਲਾ ਜੋੜ ਨੂੰ ਮੈਂ ਬੈਜ ਤੇਰੇ ਨਾਲ। Yeah, I see you with your new man. He's not what I'm on. You had a trendsetter, now your man's all copy and done. Why you still chasing me? Just stop it. Like my profit is long. They say you never really know what you got till it's gone. Now I'm gone, babe. Between the streets and music, Fredo always has a long day. You want me, but you stress me. Can't you see it was the wrong way? I blocked your number. Wanna hear from me? Then let this song play. I know you hope I change my mind one day. I'm still up on the one way with my niggas. Know it's gunplay. I lost a lot of what I love, so losing you is cool. But usually it's the gels or the usage of a tool. But still, there's no way I could let these girls come use me as a fool. And I'm still selling crap. They know, been doing it since school. And I know these hoes don't love me. It's usually the jewel. Yo, where was you when I was with them screws up in the wall? Man, I knew I'd be somebody. Had to prove it to them all.
ਤੇ ਕਦੇ ਕਰਦਾ ਤੂੰ ਹਾਈਡ ਲੱਗਦਾ ਕਦੇ ਮੈਨੂੰ ਕਰਦਾ ਤੂੰ ਗਾਈਡ ਲੱਗਦਾ ਕਦੇ ਮੈਨੂੰ ਲੱਗੇ ਵੇ ਤੂੰ ਮੇਰਾ ਹੀ ਹੋਣਾ ਕਦੇ ਮੈਨੂੰ ਸਭ ਵਨ ਸਾਈਡ ਲੱਗਦਾ ਨਿੱਤ ਜੁੜਦੀ ਤੇ ਹੁੰਦੀਆਂ ਕਰੈਸ਼ ਤੇਰੇ ਨਾਲ ਪਤਾ ਨੀ ਕਿਉਂ ਜਾਵਾਂ ਹੋਈ ਅਟੈਚ ਤੇਰੇ ਨਾਲ ਪਤਾ ਨੀ ਤੂੰ ਮੈਨੂੰ ਉਦਾਂ ਦੇਖਿਆ ਜਾਂ ਨਹੀਂ ਫਿਰ ਆ ਲਾਈਫ ਵਾਲਾ ਜਾਣ ਨੂੰ ਮੈਂ ਬੈਚ ਤੇਰੇ ਨਾਲ ਮੈਨੂੰ ਬਸ ਤੇਰੇ ਚੋਰਿਆਂ ਨੇ ਖਾ ਲਿਆ ਇੱਕ ਪਾਸੇ ਮੇਰੀ ਘਰਦੇ ਨੀ ਸੁਣਦੇ ਦੂਜਾ ਤੂੰ ਵੀ ਨਾ ਸੁਣੇ ਸਿੱਧੂ ਮੂਸੇ ਵਾਲਿਆ ਜ਼ਿੰਦਗੀ ਮੁਕਾ ਲੂ ਵੇ ਮੈਂ ਖਿੱਚ ਤੇਰੇ ਨਾਲ ਪਤਾ ਨੀ ਕਿਉਂ ਜਾਵਾਂ ਹੋਈ ਅਟੈਚ ਤੇਰੇ ਨਾਲ ਪਤਾ ਨੀ ਤੂੰ ਮੈਨੂੰ ਉਦਾਂ ਦੇਖਿਆ ਜਾਂ ਨਹੀਂ ਫਿਰ ਆ ਲਾਈਫ ਵਾਲਾ ਜਾਣ ਨੂੰ ਮੈਂ ਬੈਚ ਤੇਰੇ ਨਾਲ ਯਾਰ ਇੱਥੇ ਸਮਾਈਲ ਦੇ ਕੇ ਨਾ ਬਾਈ ਦੀ ਸੱਚੀ ਯਾਰ ਨਾ ਰੂਹ ਖੁਸ਼ ਹੁੰਦੀ ਹੈ ਯਾਰ ਬਾਰੀ ਨਾ ਲੂੰ ਕੰਡੇ ਜਿਹੇ ਖੜ੍ਹੇ ਹੁੰਦੇ ਨੇ ਸੱਚੀ ਯਾਰ ਕਿ ਜਿਹੜੇ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਇਕੱਲੇ ਯਾਰ ਪੂਰਾ ਜਹਾਨ ਯਾਰ ਬਾਈ ਦਾ ਖੁਦ ਫੈਨ ਸੀ ਅਤੇ ਮੈਂ ਕਹਿੰਦਾ ਗੋਰੇ ਕਾਲੇ ਕਿ ਮਤਲਬ ਸਾਰੇ ਇਹਨਾਂ ਦਾ ਐਂਡ ਗੱਲਬਾਤ ਹੈ ਯਾਰ ਇਹ ਤੋਂ ਦੇਖ ਕੇ ਬੰਦਾ ਲੱਗਦਾ ਨਹੀਂ ਹੋਣਾ ਮੂਵਮੈਂਟ ਹੈ ਬਾਈ ਯਾਰ ਸੱਚੀ ਯਾਰ ਵੀ ਯਾਰ ਇਹ ਚੀਜ਼ ਬੰਦੇ ਨੇ ਹੋ ਗਈ ਹੈ ਮੈਂ ਵੀਡੀਓ ਨਹੀਂ ਸੀ ਬਿਲਕੁਲ ਨਹੀਂ ਦੇਖੀ ਮੈਂ ਸਿਰਫ ਇੱਕ ਸਕਿੰਟ ਸ਼ੋਅ ਕੀਤਾ ਸੀਗਾ ਆਪਣਾ ਇੰਸਟਾਗ੍ਰਾਮ ਦੇ ਉੱਤੇ ਬੋਲ ਕੇ ਤੇ ਮੈਂ ਹੁਣ ਪੂਰੀ ਵੀਡੀਓ ਦੇਖਦਾ ਪਿਆ ਰਿਸ਼ਤੇ ਜ਼ਿਆਦਾ ਜ਼ਰੂਰੀ ਨੇ ਜਿਹੜਾ ਬੰਦਾ ਮੇਰੇ ਨਾਲ ਲੋਇਲ ਹੈ ਜਿਹੜਾ ਬੰਦਾ ਮੈਨੂੰ ਪਿਆਰ ਕਰਦਾ ਨਾ ਮੇਰੀ ਰਿਸਪੈਕਟ ਕਰਦਾ ਠੀਕ ਹੈ ਮਿਊਜ਼ਿਕ ਤਾਂ ਆਪਾਂ ਕਦੇ ਵੀ ਕਿਸੇ ਤੋਂ ਕਰਾ ਸਕਦੇ ਪਰ ਮੈਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਆਪਣੇ ਭਰਾ ਤੇ ਦੋਸਤ ਹੀ ਜੋੜਿਆ ਹਨ ਜਿਨ੍ਹਾਂ ਨਾਲ ਮੈਂ ਕੰਮ ਕਰਦਾ ਆ ਸ਼ਾਇਦ ਮਿਸਟ ਵੀ ਉੱਥੇ ਬੈਠਾ ਹੈ ਓਕੇ ਮੇਰੀ ਫੈਮਿਲੀ ਵਾਂਗੂ ਮੈਂ ਨਾਲ ਵਰਤਦੇ ਹਨ ਮੇਰੇ ਨਾਲ ਬੈਂਗਲਸ ਹੋਣੀ ਨੇ ਲਾਸਟ ਤੇ ਬਾਈ ਹੋਰਾਂ ਨੇ ਯਾਰ ਮੈਸੇਜ ਵੀ ਸ਼ੇਅਰ ਕੀਤਾ ਬਾਈ ਸਿੱਧੂ ਦਾ ਵੀ ਲਾਸਟ ਤੇ ਪੂਰਾ ਗਾਣਾ ਸਮਾਪਤ ਹੋਣ ਤੋਂ ਬਾਅਦ ਜੋ ਘੈਂਟ ਬੰਦਾ ਦਿਲ ਦਾ ਹੀਰਾ ਬੰਦਾ ਦੈਟਸ ਵਾਈ ਆਮ ਵਰਕਿੰਗ ਵਿਦ ਹਿਮ ਉਹ ਉਹੀ ਚੀਜ਼ ਦੱਸਦੀ ਨਾ ਬਾਈ ਕਹਿੰਦਾ ਵੀ ਦੈਟਸ ਵਾਈ ਵਰਕ ਵਿਦ ਹਿਮ ਵੀ ਯਾਰ ਮੈਨੂੰ ਉਹਦੇ ਤੋਂ ਸਿਰਫ ਕੰਮ ਦਾ ਕਿ ਮਤਲਬ ਹੈ ਬਾਕੀ ਇਨ ਫਿਊਚਰ ਜਾਂ ਪਾਸਟ 'ਚ ਪ੍ਰੈਜੈਂਟ 'ਚ ਬੰਦਾ ਕੀ ਕਰਦਾ ਪਿਆ ਜਾਂ ਕੀ ਕਰਨ ਵਾਲਾ ਕੋਈ ਮਾੜਾ ਚੰਗਾ ਉਹਦੇ ਤੋਂ ਆਪਾਂ ਨਹੀਂ ਮੈਟਰ ਕਰਨਾ ਹੈ ਨਾ ਵੀ ਕੀ ਕਰਦਾ ਪਿਆ ਜਾਂ ਨਾ ਕੁਛ ਅਤੇ ਬਸ ਯਾਰ ਘੈਂਟ ਮੈਸੇਜ ਦਿੱਤਾ ਬਾਕੀ ਲੈਣਾ ਯੂਕੇ ਦਾ ਪ੍ਰੋਡਿਊਸਰ ਵੀ ਉਹ ਬਾਅਦ 'ਚ ਹੋ ਸਕਦਾ ਯਾਰ ਉਹ ਤਾਂ ਕੋਈ ਮਤਲਬ ਨਹੀਂ ਹੈ ਚੰਗਾ ਇਨਸਾਨ ਹੈ ਪਹਿਲਾਂ ਉਹਦੀ ਫੈਮਿਲੀ ਬਹੁਤ ਵਧੀਆ ਉਹਦੇ ਮੰਮਾ ਪਾਪਾ ਹਨ ਉਹਦੇ ਯਾਨੀ ਕਿ ਸੰਸਕਾਰ ਸਾਰਾ ਕੁਝ ਐਵਰੀਥਿੰਗ ਇਜ਼ ਵਧੀਆ ਦੈਟਸ ਵਾਟ ਇਟ ਇਜ਼ ਮੈਨੂੰ ਜੋ ਚੀਜ਼ਾਂ ਮੈਟਰ ਕਰਦੀਆਂ ਨੇ ਆਹ ਚੀਜ਼ਾਂ ਮੈਨੂੰ ਮੈਟਰ ਕਰਦੀਆਂ ਡਾਰਲਿੰਗ ਮੈਨੂੰ ਕੋਈ ਕੋਈ ਕਿਸੇ ਦਾ ਕੋਈ ਕੀ ਕਰ ਰਿਹਾ ਕਿਸੇ ਦਾ ਮਿਊਜ਼ਿਕ ਵਧੀਆ ਪ੍ਰੋਵਾਈਡ ਹੋਣ ਦੇ ਫਰਕ ਅਬਾਊਟ ਐਨੀਬਾਡੀ ਕਿਆ ਬਾਤ ਹੈ ਯਾਰ ਸਿਰਾ ਲਾਇਆ ਪੂਰਾ ਆਹ ਮਤਲਬ ਨਾ ਮੂਵਮੈਂਟਸ ਦੇਖ ਕੇ ਨਾ ਜਾਨ ਜੀ ਨਿਕਲਦੀ ਹੈ ਯਾਰ ਵੀ ਯਾਰ ਕੀ ਹੋ ਗਿਆ ਯਾਰ ਹੁਣ ਘੈਂਟ ਹੈ ਯਾਰ ਬਾਕੀ ਮੈਂ ਤੈਨੂੰ ਤੁਹਾਨੂੰ ਕਿਵੇਂ ਲੱਗਿਆ ਸੀ ਬਾਈ ਦਾ ਗਾਣਾ ਤਾਂ ਇਹ ਚੀਜ਼ ਮੈਂ ਪੁੱਛ ਰਿਹਾ ਪਰ ਪੁੱਛਣਾ ਬਣਦਾ ਨਹੀਂ ਅਤੇ
100 'ਚ 100 ਹੀ ਮਿਲ ਲੈਣਾ। ਅਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਅਤੇ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ, ਕੈਂਟ ਜੀ ਦੇ ਵਿੱਚ ਕਰਾਂਗੇ ਰਿਐਕਟ ਰਿਵਿਊ। ਅਤੇ ਸਤਿ ਸ਼੍ਰੀ ਅਕਾਲ।